ਬੁਲਟ ਮੋਟਰਸਾਈਕਲਾਂ ਦੇ ਜਿਹੜੇ ਸਲੈਂਸਰ ਤੁਸੀਂ ਕੰਪਨੀ ਤੋਂ ਇਲਾਵਾ ਜਿਹੜਾ ਪਟਾਕਿਆਂ ਵਾਲੇ ਜਿਹੜੇ ਸਲੈਂਸਰ ਲਗਾਏ ਹੋਏ ਨੇ, ਬੁਲਟ ਦੇ ਪਟਾਕੇ ਜਿਹੜੇ ਵੀ ਮਾਰ ਕੇ ਨਿਕਲ ਰਹੇ ਨੇ, ਜਿਹੜੇ ਕਾਨੂੰਨ ਦੀ ਧੱਜੀਆਂ ਉਡਾਉਣ ਵਾਲੇ ਜਿਹੜੇ ਨੌਜਵਾਨ ਨੇ ਉਹ ਸਾਵਧਾਨ ਹੋ ਜਾਣ, ਕਿਉਂਕਿ ਹੁਣ ਬੁਲਟ ਮੋਟਰਸਾਈਕਲ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਨੇ। ਤੁਹਾਨੂੰ ਹੁਣ ਵਰਦੀ ਪਾ ਕੇ ਪੰਜਾਬ ਪੁਲਿਸ ਦਿਖਾਈ ਦੇਵੇਗੀ ਤਾਂ ਉੱਥੇ ਹੀ ਮੌਕੇ 'ਤੇ ਚਲਾਨ ਤੁਹਾਡਾ ਕੱਟਿਆ ਜਾਵੇਗਾ। ਹੁਣ ਰੋਕ ਰੋਕ ਕੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਨੇ ਕਿ ਕਿਵੇਂ ਰੋਕ ਕੇ ਸਾਈਡ ਤੇ ਲਿਜਾ ਕੇ ਨੌਜਵਾਨਾਂ ਦੇ ਚਲਾਨ ਕੱਟੇ ਜਾ ਰਹੇ ਨੇ। ਮੌਕੇ ਤੇ ਬਿਨਾਂ ਨੰਬਰ ਦੇ ਜਿਹੜੀ ਬਾਈਕ ਹੈ ਜਾਂ ਫਿਰ ਪਟਾਕੇ ਜਿਹੜੇ ਉੱਚੀ ਸਾਰੀ ਜਿਹੜੀ ਆਵਾਜ਼ ਕਰਕੇ ਜਿਹੜੇ ਲੋਕ ਨਿਕਲ ਰਹੇ ਨੇ, ਸ਼ੋਰ ਸ਼ਰਾਬਾ ਕਰਕੇ ਨਿਕਲ ਰਹੇ ਨੇ, ਕਾਨੂੰਨ ਦੀ ਧੱਜੀਆਂ ਉਡਾ ਰਹੇ ਨੇ, ਉਹ ਲੋਕ ਸਾਵਧਾਨ ਹੋ ਜਾਣ, ਨਿਯਮਾਂ ਦੀ ਧੱਜੀਆਂ ਉਡਾ ਰਹੇ ਨੇ। ਕਾਗਜ਼ ਪੂਰੇ ਨਹੀਂ ਨੇ ਜਿਨ੍ਹਾਂ ਦੇ, ਸਲੈਂਸਰ ਕੰਪਨੀ ਦਾ ਨਹੀਂ ਹੈ ਬਲਕਿ ਜਿਹੜਾ ਬੁਲਟ ਦੇ ਉੱਚੀ ਉੱਚੀ ਪਟਾਕੇ ਮਾਰ ਕੇ ਜਿਹੜੇ ਲੰਘ ਰਹੇ ਨੇ, ਉੱਥੋਂ ਲੋਕ ਹੈਲਮਟ ਨਹੀਂ ਪਾਇਆ ਹੋਇਆ, ਸੀਟ ਬੈਲਟ ਜਿਹੜੀ ਹੈ ਗੱਡੀ ਦੇ ਵਿੱਚ ਨਹੀਂ ਜਿਹੜੀ ਲਗਾਈ ਹੋਈ, ਇਸ ਕਾਰਨਾਂ ਕਰਕੇ ਪੁਲਿਸ ਚੁਕੰਨੀ ਹੋਈ ਹੋਈ ਹੈ। ਪੁਲਿਸ ਜਿਹੜੀ ਹੈ ਪੂਰਾ ਧਿਆਨ ਰੱਖ ਰਹੀ ਹੈ, ਸ਼ਿਕੰਜਾ ਜਿਹੜਾ ਕੱਸਿਆ ਜਾ ਰਿਹਾ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਬੁਲਟ ਦੇ ਪਟਾਕੇ ਮਾਰ ਕੇ ਪੁਲਿਸ ਦੇ ਕੋਲੋਂ ਨਿਕਲ ਰਹੇ ਨੇ। ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਪੁਲਿਸ ਹੁਣ ਨਿਗਰਾਨੀ 'ਤੇ ਹੈ। ਸੀਟ ਬੈਲਟ ਜ਼ਰੂਰ ਲਗਾ ਕੇ ਜਾਓ ਗੱਡੀਆਂ ਦੇ ਵਿੱਚ ਆਪਣੀ ਸੁਰੱਖਿਆ ਦੇ ਲਈ, ਨਾ ਕਿ ਸਿਰਫ ਚਲਾਨ ਤੋਂ ਬਚਣ ਦੇ ਲਈ। ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤੀ ਦੇ ਨਾਲ ਚਲਾਨ ਜਿਹੜੇ ਕੱਟੇ ਜਾ ਰਹੇ ਨੇ, ਬੁਲਟ ਮੋਟਰਸਾਈਕਲ ਵੀ ਬਾਉਂਡ ਕੀਤੇ ਜਾ ਰਹੇ ਨੇ। ਤਾਂ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਮੌਕੇ 'ਤੇ ਰੋਕ ਲਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਦੇ ਜੇ ਨੰਬਰ ਨਹੀਂ ਹੈਗੇ ਜਾਂ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਹੈ, ਕਾਗਜ਼ਾਤ ਪੂਰੇ ਨਹੀਂ ਹੈਗੇ, ਤਾਂ ਉਹਨਾਂ ਨੂੰ ਰੋਕ ਰੋਕ ਕੇ ਪੁਲਿਸ ਚਲਾਨ ਕੱਟ ਰਹੀ ਹੈ। ਤਾਂ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਸਾਵਧਾਨ ਹੋ ਜਾਓ, ਆਪਣਾ ਪੂਰਾ ਸਮਾਨ ਲੈ ਕੇ ਜਾਓ। ਕਾਨੂੰਨੀ ਤੌਰ ਦੇ ਉੱਤੇ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ, ਬਾਉਂਡ ਕੀਤੇ ਜਾ ਰਹੇ ਨੇ ਵਾਹਨ ਜਿਹੜੇ ਨੇ, ਗੱਡੀਆਂ ਜਿਹੜੇ ਚਲਾਉਂਦੇ ਨੇ, ਤੇਜ਼ ਗੱਡੀਆਂ ਚਲਾਉਂਦੇ ਨੇ ਉਹਨਾਂ ਦੇ ਖਿਲਾਫ਼ ਵੀ ਜਿਹੜੀ ਕਾਰਵਾਈ ਹੋ ਸਕਦੀ ਹੈ, ਚਲਾਨ ਕੱਟੇ ਜਾ ਸਕਦੇ ਨੇ। ਸੀਟ ਬੈਲਟ ਜਿਨ੍ਹਾਂ ਦੀ ਨਹੀਂ ਲੱਗੀ ਹੋਈ, ਜ਼ਰੂਰੀ ਨਹੀਂ ਹੈ ਸਿਰਫ ਡਰਾਈਵਿੰਗ ਸੀਟ ਦੇ ਉੱਪਰ ਬੈਠੇ ਹੀ ਲੋਕਾਂ ਦੀ ਸੀਟ ਬੈਲਟ ਲੱਗੀ ਹੋਣੀ ਚਾਹੀਦੀ ਹੈ, ਅਤੇ ਬਾਕੀ ਜਿਹੜੇ ਵਿੱਚ ਗੱਡੀ ਦੇ ਵਿੱਚ ਮੌਜੂਦ ਤੁਹਾਡੇ ਯਾਰ ਦੋਸਤ ਜਾਂ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਵੀ ਜ਼ਰੂਰ ਸਾਵਧਾਨ ਕਰੋ ਕਿ ਸੀਟ ਬੈਲਟ ਤੋਂ ਬਿਨਾਂ ਗੱਡੀ ਦੇ ਵਿੱਚ ਨਾ ਬੈਠਣ। ਤਾਂ ਇਸ ਤੋਂ ਇਲਾਵਾ ਬੁਲਟ ਮੋਟਰਸਾਈਕਲ ਦੇ ਉੱਤੇ ਜਿਹੜੇ ਨੌਜਵਾਨ ਸਵਾਰ ਹੋ ਕੇ ਟ੍ਰਿਪਲੀ ਮਾਰ ਕੇ ਜਿਹੜੇ ਜਾ ਰਹੇ ਨੇ, ਜਾਂ ਫਿਰ ਦੋ ਤੋਂ ਵੱਧ ਨੌਜਵਾਨ ਜਿਹੜੇ ਬਾਈਕ ਦੇ ਉੱਤੇ ਸਵਾਰ ਹੋ ਕੇ ਸ਼ੋਰ ਸ਼ਰਾਬਾ ਕਰਕੇ ਹੁੱਲੜਬਾਜ਼ੀ ਕਰਕੇ ਨਿਕਲ ਰਹੇ ਨੇ, ਪੁਲਿਸ ਕਿਸੇ ਨੂੰ ਵੀ ਨਹੀਂ ਬਖਸ਼ ਰਹੀ। ਤਾਂ ਇਸ ਖਬਰ ਨੂੰ ਹਰ ਇੱਕ ਦੇ ਨਾਲ ਸਾਵਧਾਨ ਕਰ ਦਿਓ ਜਿਨ੍ਹਾਂ ਦੇ ਕੋਲ ਵੀ ਬੁਲਟ ਮੋਟਰਸਾਈਕਲ ਹੈਗੇ ਨੇ ਜਾਂ ਉਹ ਬੁਲਟ ਦੇ ਪਟਾਕੇ ਮਾਰਨ ਦੇ ਸ਼ੌਕੀਨ ਨੇ, ਕਿਉਂਕਿ ਪੁਲਿਸ ਹੁਣ ਸ਼ਿਕੰਜਾ ਕੱਸ ਰਹੀ ਹੈ, ਸਖਤੀ ਦੇ ਨਾਲ ਚਲਾਨ ਕੱਟ ਰਹੀ ਹੈ। ਜਿਵੇਂ ਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਬਿਲਕੁਲ ਵੀ ਹੁਣ ਕਾਨੂੰਨ ਦੀ ਧੱਜੀਆਂ ਨਹੀਂ ਉਡਾ ਸਕਦੇ ਨੌਜਵਾਨ ਜਿਹੜੇ ਨੇ, ਜਿਨ੍ਹਾਂ ਦਾ ਜਿਹੜਾ ਇੰਟੈਂਸ਼ਨ, ਜਿਨ੍ਹਾਂ ਦੀ ਜਿਹੜੀ ਬੁਲਟ ਪਟਾਕੇ ਉਡਾਉਣ ਦੀ ਜਿਹੜੀ ਸ਼ੌਕ ਹੈਗਾ ਉਸਨੂੰ ਜਿਹੜਾ ਹੈ ਥੋੜ੍ਹਾ ਘੱਟ ਕਰ ਲਓ, ਕਿਉਂਕਿ ਪੁਲਿਸ ਹੁਣ ਨਾਕੇ ਲਗਾ ਕੇ ਖੜੀ ਹੈ। ਹੁਣ ਥਾਂ ਥਾਂ 'ਤੇ ਤੁਹਾਨੂੰ ਪੁਲਿਸ ਦਿਖੇਗੀ, ਨਿਗਰਾਨੀ ਪੂਰੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਪੁਲਿਸ ਦਾ ਕੀ ਕੁਛ ਕਹਿਣਾ ਇਸ ਦੇ ਵਿੱਚ ਉਹ ਵੀ ਤੁਹਾਨੂੰ ਸੁਣਾਵਾਂਗੇ। ਇੱਧਰ ਇਹਨਾਂ ਚਲਾਨ ਹੋ ਗਿਆ, ਕੀ ਨਾਂ ਕੀ ਤੇਰਾ, ਨੰਬਰ ਕਿੰਨਾ ਤੁਹਾਡਾ? 28।
ਜਿਹੜਾ ਪਿੰਡ ਆ ਇਹਦੇ ਮੰਗਾ ਲਓ ਤਾਂ ਦੇ ਜਾ ਹਾਂ ਸੀ ਵੀ ਮੰਗਾ ਲਓ ਸੁਰੇਸ਼ ਕੁਮਾਰ ਸਰ ਅੱਜ ਮਾਨਯੋਗ ਐਸ ਏ ਪੀ ਸਾਹਿਬ ਦੇ ਹੁਕਮਾਂ ਅਨੁਸਾਰ ਅੱਜ ਅਮਰ ਹਸਪਤਾਲ ਦੇ ਨਾਲ ਅਸੀਂ ਪੁਲ ਦੇ ਲਾਗੇ ਰੇਲਵੇ ਪੁਲ ਦੇ ਲਾਗੇ ਅਸੀਂ ਨਾਕਾ ਲਾਇਆ ਜਿਹਦੇ ਵਿੱਚ ਅਸੀਂ ਬੁਲਟ ਮੋਟਰਸਾਈਕਲਾਂ ਦੇ ਬਰੀਕੀ ਨਾਲ ਜਾਂਚ ਕਰਕੇ ਜਿਨ੍ਹਾਂ ਨੂੰ ਸਲੰਸਰ ਪਟਾਕਾ ਲੱਗੇ ਆ ਉਹਨਾਂ ਦੇ ਅਸੀਂ ਵੱਧ ਤੋਂ ਵੱਧ ਚਲਾਨ ਕਰ ਰਹੇ ਹਾਂ ਔਰ ਬਿਨਾਂ ਨੰਬਰੀ ਮੋਟਰਸਾਈਕਲ ਟਿੱਪਲ ਸਵਾਰੀ ਇਹਨਾਂ ਦੇ ਅਸੀਂ ਵੱਧ ਤੋਂ ਵੱਧ ਚਲਾਨ ਕਰ ਰਹੇ ਜਿਨ੍ਹਾਂ ਨੂੰ ਵੱਡੇ ਹੌਰਨ ਲੱਗੇ ਕਾਲੀ ਜਾਲੀ ਲੱਗੀ ਆ ਬਤੌਰ ਉਹਨੇ ਜਾਂਚ ਕਰਕੇ ਵੱਧ ਤੋਂ ਵੱਧ ਚਲਾਨ ਕਰ ਰਹੇ ਹਾਂ ਸਰ ਕਿੰਨੇ ਚਲਾਨ ਕੱਟੇ ਗਏ ਹੁਣ ਤੱਕ ਚਲਾਨ 15 ਕੱਟੇ ਗਏ ਜੀ ਹੁਣ ਤੱਕ ਤੇ ਸਰ ਬਾਉਂਡ ਵੀ ਕੀਤੇ ਗਏ ਦੋ ਮੋਟਰਸਾਈਕਲ ਬਾਉਂਡ ਆ ਮੇਰੇ ਕੋਲ ਜੀ ਬੁਲਟ ਮੋਟਰਸਾਈਕਲ ਬਾਉਂਡ ਆ ਪਟਾਕਾ ਮਾਰੂ ਟੋਟਲ ਬੁਲਟ 5 ਕੀਤੇ ਸਾਡੇ ਮਾਧੀ ਮਰਾਈ ਆ ਜਿਹੜੇ ਆਪਣੇ ਫਿਰੋਜ਼ਪੁਰ ਦੇ ਨਿਵਾਸੀ ਆ ਜਿਹੜੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਆ ਉਹਨਾਂ ਨੂੰ ਕੀ ਮੈਸੇਜ? ਮੈਂ ਤੇ ਇਹੀ ਕਹਿਣਾ ਚਾਹੂੰਗਾ ਸਰ ਵੀ ਜਿਹੜੇ ਬੁਲਟ ਮੋਟਰਸਾਈਕਲ ਆ ਜਿਹੜੇ ਕਾਨੂੰਨ ਦੀਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਆ ਉਹਨਾਂ ਨੂੰ ਇਹੀ ਕਹੂੰਗਾ ਪ੍ਰੋਪਰ ਆਪਦਾ ਘਰੋਂ ਟੂ ਵੀਲਰ ਤੇ ਨਿਕਲਣਾ ਹੈਲਮਟ ਲਾਓ ਔਰ ਆਪਣਾ ਕਾਗਜ਼ਾਤ ਘਰੋਂ ਪੂਰੇ ਕਰਕੇ ਚੱਲੋ ਤੇ ਜਿਹੜੇ ਬੁਲਟ ਮੋਟਰਸਾਈਕਲਾਂ ਨੂੰ ਮੈਂ ਇਹੀ ਅਪੀਲ ਕਰਦਾ ਵੀ ਆਪਦਾ ਜਿਹੜਾ ਜੋ ਸਲੰਸਰ ਕੰਪਨੀ ਦਾ ਆਉਂਦਾ ਉਹੀ ਲਾਓ ਹੋਰ ਨਾ ਲਾਓ। ਸਰ ਚਲਾਨ ਆ ਜਿਹੜੇ ਟੂ ਵੀਲਰ ਦੇ ਕੱਟੇ ਜਾ ਰਹੇ ਜਾਂ ਫੋਰ ਵੀਲਰ ਦੇ ਵੀ? ਟੂ ਵੀਲਰ ਦੇ ਵੀ ਕੱਟੇ ਜਾ ਰਹੇ ਫੋਰ ਵੀਲਰ ਦੇ ਵੀ। ਸਰ ਕੀ ਅਪੀਲ ਕੀ ਕਰਨਾ ਚਾਹ ਰਹੇ ਹੋ ਜੀ? ਅਪੀਲ ਤਾਂ ਇਹੀ ਜਨਤਾ ਨੂੰ ਕਰਨਾ ਚਾਹਣਾ ਵੀ ਘਰੋਂ ਆਪਣਾ ਜਦੋਂ ਨਿਕਲਣਾ ਬਾਈਕ ਤੇ ਆਪਦਾ ਹੈਲਮਟ ਪਾ ਕੇ ਬਤੌਰ ਨਿਕਲੋ ਔਰ ਟੂ ਫੋਰ ਵੀਲਰ ਚਲਾਉਣਾ ਤੇ ਆਪਦੀ ਸੀਟ ਬੈਲਟ ਲਾ ਕੇ ਰਫਤਾਰ ਹੌਲੀ ਰੱਖੋ।